ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਪਹਾੜੀ ਤੇ ਬੈਠੇ ਜਮਨਾ ਦੇ ਵਗਦੇ ਪਾਣੀ ਨੂੰ ਤੱਕ ਰਹੇ ਆ। ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ। ਸਾਡੇ ਵਿੱਚ ਰੀਸ ਵੜੀ ਆ, ਰੀਸ ਮਾਫ ਕਰਨਾ, ਕਿਤੇ ਰੀਸ ਦੀ ਦਿਸ਼ਾ ਬਦਲ ਜਾਵੇ ਨਾ, ਦਿਸ਼ਾ ਕਿ ਫਲਾਨਾ ਯਾਰ ਕੀ ਕਰ ਰਿਹਾ, 40-50 ਸਿੰਘ ਆ ਗਏ, ਕਹਿੰਦੇ ਮਹਾਰਾਜ ਬੜੇ ਚਿਰ ਤੋਂ ਇੱਕ ਜਗ੍ਹਾ ਬੈਠੇ ਥੱਲੇ ਵਗਦੇ ਪਾਣੀ ਵੱਲ ਦੇਖੀ ਜਾਂਦੇ ਹੋ, ਕੀ ਦੇਖਦੇ ਹੋ? ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੰਘਾਂ ਵੱਲ ਤੱਕਿਆ ਨਾ, ਮਹਾਰਾਜ ਬੜੇ ਸਿੰਘਾਂ ਵੱਲ, ਸਿੱਖਾਂ ਵੱਲ, ਆਪਣੀ ਪਿਆਰੀ ਸੰਗਤ ਵੱਲ ਬੜੇ ਪਿਆਰ ਨਾਲ, ਸਭ ਦਾ ਸਭ ਵੱਲ ਹੀ ਪਿਆਰ ਨਾਲ ਤੱਕਦੇ ਸੀ, ਪਰ ਸੰਗਤ ਵੱਲ ਤੇ ਬਹੁਤਾ ਹੀ ਪਿਆਰ ਨਾਲ ਤੱਕਦੇ ਸੀ। ਖਿਆਲ ਕਰਿਓ ਜਰਾ, ਮਹਾਰਾਜ ਨੇ ਉਹਨਾਂ ਦਾ ਸਵਾਲ ਸੁਣਿਆ, ਕਹਿੰਦੇ ਮਹਾਰਾਜ ਬੜੇ ਚਿਰ ਤੋਂ ਇੱਕ ਜਗ੍ਹਾ ਦੇ ਉੱਤੇ ਬੈਠੇ ਵੇਖ ਰਹੇ ਹੋ ਥੱਲੇ ਵਗਦੇ ਪਾਣੀ ਵੱਲ, ਕੀ ਵੇਖਦੇ ਹੋ? ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਾਲ ਚੱਕਰ ਦੇਖ ਰਿਹਾ। ਇੱਕ ਵਾਰੀ ਪੈਰਾਂ ਥੱਲੇ ਉਹ ਮਿੱਟੀ ਨਿਕਲ ਗਈ ਸਵਾਲੀਆਂ ਦੇ। ਕਾਲ ਦੇ ਦੋ ਅਰਥ ਨੇ, ਕਾਲ ਦਾ ਪਹਿਲਾ ਅਰਥ ਹੈ ਮੇਰੇ ਕੋਲ ਭੈਣੋ ਸਮਾਂ। ਆ ਜਿਹੜਾ ਲੋਕੀ ਐਵੇਂ ਰੌਲੀ ਪਿੱਟਦੇ ਰਹੇ ਨਾ ਕਿ ਰਾਵਣ ਨੇ ਕਾਲ ਪਾਵੇ ਨਾਲ ਵਧਾ ਸੀ, ਸਤਿਗੁਰਾਂ ਦੀ ਗੁਰਬਾਣੀ ਕਹਿੰਦੀ ਹੈ ਕਿ ਮਰਨ ਲਿਖਾਏ ਮੰਡਲ ਮੈਂ ਆਏ। ਇਹ ਯੁਗਾਂ ਤੋਂ ਸੱਚ ਹੈ, ਸੱਚ ਸੀ ਔਰ ਸੱਚ ਰਹਿਣੀ। ਤੇ ਰਾਵਣ ਨੇ ਕਾਲ ਪਾਵੇ ਨਾ ਕਿੱਦਾਂ ਬੰਨ ਲਿਆ, ਇਹ ਗੱਲਾਂ ਗਲਤ ਨੇ। ਕਾਲ ਦਾ ਅਰਥ ਹੈ ਸਮਾਂ। ਤੇ ਹਰਖੋ ਵਾਲੀਏ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਸਾਹਿਬ ਜੀ ਇਹਦੇ ਅਰਥ ਕਰਿਆ ਕਰਦੇ ਸੀ। ਉਹਨਾਂ ਨੇ ਕਹਿਣਾ ਘੜੀ ਤੇ ਕੈਲੰਡਰ ਦਾ ਖੋਜੀ ਰਾਵਣ ਹੈ, ਰਾਵਣ ਉਹਨੇ ਸਮਾਂ ਜਿਹੜਾ ਹੈ ਉਹ ਆਪਣੇ ਪਾਵੇ ਨਾਲ ਵਧਾ ਹੋਇਆ ਸੀ। ਜਿੱਦਾਂ ਤੁਸੀਂ ਮੋਬਾਈਲ ਉੱਤੇ ਅਲਾਰਮ ਲਾ ਦਿੰਦੇ ਹੋ ਸਵੇਰੇ 4 ਵਜੇ ਉੱਠਣਾ ਹੈ, 5 ਵਜੇ ਉੱਠਣਾ ਹੈ, ਪਹਿਲਾ ਅਰਥ ਹੈ ਸਮਾਂ ਤੇ ਦੂਜਾ ਅਰਥ ਹੈ ਮੌਤ। ਮਹਾਰਾਜ ਕਹਿੰਦੇ ਮੈਂ ਕਾਲ ਚੱਕਰ ਦੇਖ ਰਿਹਾ, ਕਾਲ ਚੱਕਰ ਦਾ ਮਤਲਬ ਕਿ ਮੌਤ। ਤੇ ਸਾਡੇ ਵਿੱਚ ਰੀਸ ਵੜੀ ਹੈ, ਕਹਿੰਦੇ ਮਹਾਰਾਜ ਸਾਨੂੰ ਵੀ ਵਿਖਾਓ। ਸਤਿਗੁਰੂ ਜੀ ਕਹਿੰਦੇ ਜਿੱਧਰ ਅਸੀਂ ਦੇਖ ਰਹੇ ਹਾਂ ਉੱਧਰ ਤੁਸੀਂ ਵੀ ਦੇਖਣ ਲੱਗ ਪਾਓ। 50 ਦੇ 50 ਹੀ ਵੇਖਣ ਲੱਗ ਪਏ, ਕਹਿੰਦੇ ਕੀ ਵੇਖਦੇ ਆ? ਕਹਿੰਦੇ ਜੀ ਇੱਕ 12 ਸਿੰਘਾ ਵਗਦੀ ਨਦੀ ਚੋਂ ਪਾਣੀ ਪੀ ਰਿਹਾ। ਮਹਾਰਾਜ ਕਹਿੰਦੇ ਦਿਸ ਪਿਆ ਹੀ ਨਾ, ਪਹਾੜੀ ਬੜੀ ਉੱਚੀ ਸੀ, ਜਮਨਾ ਡੂੰਘੀ ਸੀ। ਕਹਿੰਦੇ ਵੀ ਇੱਕ ਛਿਨ ਵਾਸਤੇ ਵੀ ਤੁਹਾਡੀ ਨਿਗਾਹ ਪਾਸੇ ਨਾ ਜਾਵੇ, ਨੀਜ ਲਾ ਕੇ ਤੱਕਦੇ ਰਹੋ। ਲਓ ਜੀ ਸਿੰਘ ਵੇਖਦੇ ਰਹਿ ਤੇ ਪਾਣੀ ਵਿੱਚ ਇੱਕ ਤਰਦੀ ਹੋਈ ਮੱਛੀ ਆਈ। ਮੱਛੀ ਜਿਹੜੀ ਮਾਸ ਦੀ ਭੁੱਖੀ ਹੈ, ਮਾਸ ਦੀ ਭੁੱਖੀ ਨਾ ਹੁੰਦੀ ਤੇ ਸ਼ਿਕਾਰੀ ਦੀ ਕੁੰਡੀ ਵਿੱਚ ਨਾ ਫਸਦੀ। ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ। ਅਸੀਂ ਵੀ ਤ੍ਰਿਸ਼ਨਾ ਵਾਸਨਾ ਦੇ ਭੁੱਖੇ ਹੋਏ, ਸੰਸਾਰ ਤੋਂ ਐਵੇਂ ਖਾਲੀ ਹੱਥ ਤੁਰ ਜਾਂਦੇ ਹਾਂ। ਐਡਾ ਵੱਡਾ ਜਨਮ ਮਾਨ ਸਜਨਮ ਦਲੰਬ ਹੈ, ਹੋਏ ਨਾ ਬਾਰੰਬਾਰ। ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ। ਉਹ 3 ਦਿਨ ਅਖੰਡ ਪਾਠ ਰਖਾ ਤੇ ਲੈਂਦੇ ਆ, ਪ੍ਰਾਹੁਣਿਆਂ ਦਾ ਫਿਕਰ ਹੁੰਦਾ ਹੈ, ਬੱਕਰੇ 4 ਲੈ ਆਈਏ, ਪੇਟੀਆਂ 4 ਲੈ ਆਈਏ, ਕਦੇ ਕਦੇ ਪਾਠੀ ਸਿੰਘਾਂ ਦੀ ਸੇਵਾ ਕਰਕੇ ਉਹਨਾਂ ਦੀ ਰਸਨਾ ਤੋਂ ਸੁਣਿਓ, ਅੰਦਰ ਗਿਆਨ ਦੇ ਦੀਵੇ ਨਾ ਜਗ ਜਾਣਾ, ਅਗਿਆਨਤਾ ਦਾ ਹਨੇਰਾ ਨਾ ਦੂਰ ਹੋ ਜਾਵੇ। ਫਿਰ ਸਤਿਗੁਰਾਂ ਦੀ ਬਾਣੀ ਕੀ ਹੋਈ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ। ਮੱਛੀ ਨੂੰ ਪਾਣੀ ਪੀਂਦੇ 12 ਸਿੰਘਾਂ ਦੇ ਬੁੱਲ ਜਿਹੜੇ ਮਾਸ ਦਾ ਟੁਕੜਾ ਲੱਗਾ, ਮਾਸ ਦਾ ਟੁਕੜਾ, ਉਹ ਸਪੀਡ ਵੱਧ ਗਈ। 12 ਝਪਟ ਮੇਰੇ ਤੋਂ ਪਹਿਲਾਂ ਕੋਈ ਹੋਰ ਮਾਸ ਦਾ ਟੁਕੜਾ ਨਾ ਲੈ ਜਾਵੇ।
ਜਦੋਂ ਮਾਸ ਦਾ ਟੁਕੜਾ ਖਾਣ ਵਾਸਤੇ ਤਰਦੀ ਹੋਈ ਮੱਛੀ ਭੈਣੋ ਹਿਰਨ ਦੇ ਮੂੰਹ ਵੱਲ ਨੂੰ ਵਧੀ ਨਾ, ਉਹਨੇ ਛਾਲ ਮਾਰੀ, ਹਿਰਨ ਦਾ ਬਾਰਾਂ ਸਿੰਘੇ ਦਾ ਮੂੰਹ ਅੱਡਿਆ ਗਿਆ, ਮੱਛੀ ਦਾ ਪ੍ਰੈਸਰ ਸੀ, ਅੱਧੀ ਮੱਛੀ ਉਹਦੇ ਮੂੰਹ ਅੰਦਰ ਚਲੇ ਗਈ, ਦੰਦਾਂ ਵਿੱਚ ਘੁੱਟੀ ਗਈ। ਕਾਲ ਚੱਕਰ ਦੇਖਿਓ, ਹੁਣ ਬਾਰਾਂ ਸਿੰਘਾਂ ਤੜਫਦਾ ਏ, ਮੱਛੀ ਤੜਫਦੀ ਉਹਦੇ ਮੂੰਹ ਤੇ ਵੱਜਦੀ ਏ, ਤੇ ਮੱਛੀ ਉਹਦਿਆਂ ਦੰਦਾਂ ਵਿੱਚ ਘੁੱਟੀ ਹੋਈ ਤੜਫਦੀ ਏ। ਵੀਰੋ, ਸਤਿਗੁਰੂ ਜੀ ਕਹਿੰਦੇ ਹਲੇ ਕਾਲ ਚੱਕਰ ਅਧੂਰਾ ਏ। ਮਹਾਰਾਜ ਕਹਿੰਦੇ ਪੂਰਾ ਕਿੱਦਾਂ ਹੋਊ? ਸੱਚੇ ਪਾਤਸ਼ਾਹ ਕਹਿੰਦੇ ਉੱਪਰ ਵੱਲ ਤੱਕੋ। ਜਦੋਂ ਉੱਪਰ ਵੇਖਣ ਲੱਗ ਪਏ ਨਾ ਆਕਾਸ਼ ਵੱਲ, ਇੱਕ ਨੀਚ ਗਿੱਧ ਇੱਲ, ਮਹਾਰਾਜ ਕਹਿੰਦੇ ਇੱਕ ਇੱਲ ਵਸਦੀ ਧਰਤੀ ਵੱਲ ਨੂੰ ਆ ਰਹੀ ਆ। ਕਹਿੰਦੇ ਵੇਖੀ ਜਾਇਓ ਹੁਣ ਕਾਲ ਦਾ ਚੱਕਰ। ਇੱਲ ਨੇ ਵੇਖਿਆ ਕਿ ਘਾਹ ਖਾਣੇ ਬਾਰਾਂ ਸਿੰਘੇ ਦੇ ਮੂੰਹ ਵਿੱਚ ਮੱਛੀ, ਇਹ ਤੇ ਮੇਰਾ ਖਾਜਾ ਏ, ਮੌਜ ਬਣ ਗਈ, ਮੈਂ ਜਾ ਕੇ ਉਹਦੇ ਮੂੰਹ ਵਿੱਚੋਂ ਕੱਢ ਲੈਂਦੀ ਹਾਂ। ਤੇ ਜਿਵੇਂ ਜਿਵੇਂ ਉੱਡਦੀ ਹੋਈ ਆਕਾਸ਼ ਵਿੱਚੋਂ ਇੱਲ ਧਰਤੀ ਵੱਲ ਨੂੰ ਭੈਣੋ ਆਈ, ਕਾਲ ਨੇ ਇਹੋ ਜਿਹਾ ਫਾਹਾ ਪਾਇਆ, ਤੜਫਦੇ ਬਾਰਾਂ ਸਿੰਘੇ ਦੀ ਧੌਣ ਉੱਪਰ ਚੱਕੀ ਗਈ ਤੇ ਇੱਲ ਦੇ ਖੰਭ ਜਿਹੜੇ ਸੀ ਉਹਦੇ ਬਾਰਾਂ ਸਿੰਘੇ ਦੇ ਸਿੰਘਾਂ ਵਿੱਚ ਅੜ ਗਏ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਕਾਲ ਚੱਕਰ ਦੇਖਿਓ, ਗੱਲ ਟਿਕਾਣੇ ਤੇ ਲੱਗੇਗੀ, ਕਿਉਂਕਿ ਪੂਰੇ ਗੁਰੂ ਦੀ ਸ਼ਰਨ ਵਿੱਚ ਖਲੋਤਾ, ਕਿਸੇ ਅਧੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਖਲੋਤਾ। ਅਧੂਰਾ ਕਦੇ ਪੂਰੀ ਗੱਲ ਨਹੀਂ ਕਰ ਸਕਦਾ, ਪੂਰੀ ਗੱਲ ਜਿਹੜੀ ਹੈ ਮੇਰੇ ਪੂਰੇ ਸਤਿਗੁਰੂ ਦੇ ਚਰਨਾਂ ਵਿੱਚ ਹੋ ਸਕਦੀ ਹੈ। ਬਚਣਾ ਕਿੱਦਾਂ ਹੈ? ਇੱਥੋਂ ਬਚਣ ਦਾ ਤਰੀਕਾ ਦੱਸਣਾ ਹੈ ਸਤਿਗੁਰਾਂ ਨੇ ਆਪਾਂ ਨੂੰ। ਹੁਣ ਬਾਰਾਂ ਸਿੰਘਾਂ ਤੜਫਦਾ ਏ, ਸਿਰ ਦੇ ਉੱਤੇ ਇੱਲ ਦਾ ਭਾਰ ਵੀ ਪੈ ਗਿਆ 7 ਕਿਲੋ, ਤੇ ਮੂੰਹ ਵਿੱਚ ਘੁੱਟੀ ਹੋਈ ਮੱਛੀ ਮਾਰਦੀ ਚਪੇੜਾਂ, ਤੜਫ ਤੜਫ ਕੇ ਮੱਛੀ ਦੀ ਮੌਤ ਹੋ ਗਈ, ਬਾਰਾਂ ਸਿੰਘੇ ਦੀ ਮੌਤ ਹੋ ਗਈ ਤੇ ਇੱਲ ਦੀ ਮੌਤ ਹੋ ਗਈ। ਜਦੋਂ ਤਿੰਨੋਂ ਹੀ ਤੜਫ ਕੇ ਮਰ ਗਏ, ਮਹਾਰਾਜ ਨੇ ਫਿਰ ਇੱਕ ਬਚਨ ਉਚਾਰਨ ਕੀਤਾ, ਕਹਿੰਦੇ ਜਲ ਕਹਾਂ ਥਲ ਕਹਾਂ ਗਗਨ ਕੇ ਕੌਣ ਕਹਾਂ, ਕਾਲ ਕੇ ਬਣਾਏ ਸਵੇ ਕਾਲ ਹੀ ਮਿਟਾਏ ਹੈ। ਕਿੱਥੇ ਖਲੋਤੇ ਹਾਂ? ਜਲ ਕਹਾਂ ਥਲ ਕਹਾਂ ਗਗਨ ਕੇ ਕੌਣ ਕਹਾਂ, ਕਾਲ ਕੇ ਬਣਾਏ ਸਵੇ ਕਾਲ ਹੀ ਮਿਟਾਏ ਹੈ। 50 ਸਿੱਖਾਂ ਦੀਆਂ ਧੌਣਾਂ ਨੀਵੀਆਂ ਹੋ ਗਈਆਂ, ਅੱਖਾਂ 'ਚ ਤ੍ਰਿਪ ਤ੍ਰਿਪ ਹੰਝੂ ਆ ਗਏ। ਉਹ ਦੁਨੀਆਂ ਦੇ ਵਾਲੀਆ, ਸਾਡੇ 'ਤੇ ਕਿਰਪਾ ਕਰ, ਕਾਲ ਚੱਕਰ ਤੋਂ ਬਚਿਆ ਕਿੱਦਾਂ ਜਾ ਸਕਦਾ? ਇਹੋ ਜਿਹੀ ਭਿਆਨਕ ਮੌਤ, ਉਹਦੇ ਮੂੰਹ 'ਚ ਘੁੱਟ ਕੇ ਮਰ ਗਈ, ਉਹਦੇ ਖੰਭਾਂ ਵਿੱਚ ਵਾਹਿਗੁਰੂ, ਉਹਦੇ ਸਿੰਘਾਂ ਵਿੱਚ ਉਹਦੇ ਖੰਭ ਅੜ ਗਏ, ਤੜਫ ਕੇ ਮਰ ਗਈ। ਉਹ ਦੋਵਾਂ ਦੇ ਬੋਝ ਨਾ ਝੱਲਦਾ ਹੋਇਆ ਤੜਫ ਤੜਫ ਕੇ ਪ੍ਰਾਣ ਤਿਆਗ ਦਿੱਤੇ। ਇੱਕ ਜਲ ਦਾ ਜੀਵ, ਇੱਕ ਧਰਤੀ ਥਲ ਦਾ ਜੀਵ, ਇੱਕ ਆਕਾਸ਼ ਦਾ ਜੀਵ, ਤੇ ਕਾਲ ਨੇ ਘੇਰ ਕੇ ਇੱਕ ਜਗ੍ਹਾ ਦੇ ਉੱਤੇ ਲੈ ਆਂਦੇ। ਮਹਾਰਾਜ ਸਾਡੇ ਤੇ ਕਿਰਪਾ ਕਰੋ, ਇਹਦੇ ਤੋਂ ਬਚਿਆ ਕਿੱਦਾਂ ਜਾ ਸਕਦਾ ਹੈ? ਦੁਨੀਆਂ ਦੇ ਵਾਲੀ ਨੇ ਫਿਰ 24ਵਾਂ ਸਲੋਕ ਪੜਿਆ, ਕਹਿੰਦੇ ਪੂਰਾ ਪ੍ਰਭ ਅਰਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ। ਅਧੂਰੇ ਦੀ ਤੇ ਮਹਾਰਾਜ ਨੇ ਗੱਲ ਹੀ ਨਹੀਂ ਕੀਤੀ। ਕਹਿੰਦੇ ਬਚਣਾ ਕਾਲ ਚੱਕਰ ਤੋਂ? ਕਹਿੰਦੇ ਹਾਂ ਮਹਾਰਾਜ ਬਚਣਾ। ਕਹਿੰਦੇ ਫਿਰ ਪੂਰੇ ਗੁਰਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ। ਤੇ ਬੀਬੀ ਕਾਂਟੇ ਪਾ ਕੇ ਕਾਹਤੋਂ ਆਈ ਆ? ਬੀਬੀ ਨੂੰ ਨੀ ਪਤਾ ਗੁਰੂ ਚਰਨਾਂ ਦੇ ਵਿੱਚ 4.5 ਸਾਲ ਦਾ ਸੀ ਕਲਗੀਆਂ ਵਾਲਾ ਬੀਬੀਓ, ਢਾਡੀਆਂ ਨੂੰ ਇਸ ਕੰਮ ਲਈ ਸੱਦਿਆ ਏ? ਮਾਫੀ ਚਾਹਵਾਂਗਾ, 2 ਘੰਟਿਆਂ ਚੋਂ 1.25 ਘੰਟਾ ਤੇ ਉਹਦੇ ਚੋਂ ਵੀ 45 ਮਿੰਟ ਕਾਂਟੇ ਲੱਭ ਗਏ, ਕਾਂਟੇ ਗਵਾਚ ਗਏ। ਮੇਰੀਆਂ ਗੱਲਾਂ ਹੈਗੀਆਂ ਸਿੱਧੀਆਂ। ਕੰਗਣ ਡਿੱਗ ਪਿਆ ਨਾ, ਕਹਿੰਦੇ ਜੀ ਲਾਲ ਕਿੱਥੇ ਡਿੱਗਾ, ਦੂਜਾ ਵੀ ਲਾ ਕੇ ਕਹਿੰਦੇ ਮਾਤਾ ਜੀ ਇੱਥੇ ਕਿ ਡਿੱਗਾ। ਉੱਥੇ ਫਿਰ ਇੱਕ ਵਿਦਵਾਨ ਕਹਿੰਦਾ ਇਹ ਕਿਹਾ ਲਾਲ ਨੇ ਮਾਤ ਪਿਆਰੀ ਸੋਨੇ ਨਾਲ ਪਿਆਰ ਨਹੀਂ ਹੈ, ਇਹ ਤਾਂ ਦੁਸ਼ਮਣ ਬਣ ਸਕਦਾ ਹੈ, ਸੋਨਾ ਮੇਰਾ ਯਾਰ ਨਹੀਂ ਹੈ। ਸੁਣਿਓ ਮੇਰੀਓ ਭੈਣੋ,
ਆ ਬਈ ਇਹ ਵੀ ਹੁਣ ਤੇ ਪੱਲੀ ਵਿੱਚ ਦਾਤੀ ਲੁਕੋ ਕੇ ਕਹਿੰਦੇ ਲਾ ਦੇ ਜੋ ਕੁਝ ਹੈਗਾ, ਨਹੀਂ ਤਾਂ ਆਈ ਉਹ ਬੰਦੂਕ ਪਿਸਤੌਲ ਦੀ ਗੋਲੀ ਲੁਕੋਈ ਦਾਤੀ ਹੁੰਦੀ ਆ, ਤੇ ਜੇ ਕਿਤੇ ਉਹਦੀ ਜਗ੍ਹਾ ਸ੍ਰੀ ਸਾਹਿਬ ਪਾਈ ਹੋਵੇ ਫੇਰ ਅਸੀਂ ਪੂਰੀ ਦੁਨੀਆ ਘੁੰਮੀ ਹੈ ਜੀ। ਇੱਕ ਪਿਓ ਅਫਗਾਨਿਸਤਾਨ ਦੀਆਂ ਪਹਾੜੀਆਂ ਵਿੱਚ ਆਪਣੀ ਪੈਲੀ ਵਿੱਚ ਹਲ ਵਾਰਿਆ ਏ, ਪਠਾਨ ਸਰਦਾਰ ਉਹ 7 ਫੁੱਟ ਉੱਚਾ ਜਵਾਨ ਤੇ ਮੋਢੇ AK-47 ਪਾਈ ਹੋਈ, 5 ਕਿਲੋ ਰੌਂਦ, 18 ਸਾਲ ਦੀ ਮੁਟਿਆਰ ਧੀ ਅੱਬੂ ਦੀ ਰੋਟੀ ਲੈ ਕੇ ਜਾਂਦੀ ਏ, ਸਿਰ ਦੇ ਉੱਤੇ ਛਾਬਾ ਏ, ਲੱਸੀ ਕੁੱਜਾ ਭਰਿਆ ਹੋਇਆ, ਦਹੀਂ ਕੁੱਜਾ ਭਰਿਆ, 4 ਗੰਢਾ ਸਬਜ਼ੀਆਂ ਭਾਜੀਆਂ ਬਾਜਰੇ ਦੀਆਂ ਰੋਟੀਆਂ ਤੇ ਮੋਢੇ ਧੀ ਦੇ ਵੀ AK-47 ਪਾਈ ਹੋਈ ਏ। ਗੱਜ ਕੇ ਆਖੋ ਸਤਨਾਮ। ਨਾ ਉਹਨਾਂ ਨੇ ਆਪਣਾ ਪਛਾਕਾ ਬਾਣਾ ਬਦਲਿਆ ਏ, ਨਾ ਉਹਨਾਂ ਨੇ ਆਪਣੀ ਬਾਣੀ ਬੋਲੀ ਬਦਲੀ ਹੈ, ਸਿੱਖਾਂ ਦਾ ਸਭ ਕੁਝ ਹੀ ਬਦਲ ਗਿਆ। ਮਾੜਾ ਜਿਹਾ ਭਲਾ ਹੋਵੇ ਹਜ਼ੂਰ ਸਾਹਿਬ ਤੋਂ ਜਿਹੜਾ ਹੁਕਮਨਾਮਾ, ਕੱਲ ਮੈਨੂੰ 7 ਫੋਨ ਆਏ, 7 ਫੋਨ ਇਹ ਵੀਰ ਮੇਜਰ ਸਿੰਘ ਜੀ, ਇੱਕ ਕਹਿੰਦੀ ਮੈਂ ਪਿੰਕੀ ਬੋਲਦੀ ਹਾਂ, ਮੈਂ ਕਿਹਾ 10 ਪਿੰਕੀ ਧੀਏ, ਕਹਿੰਦੀ ਅੰਕਲ ਜੀ ਸੱਚੀ ਮੁੱਚੀ ਹੁਣ ਵਿਆਹ ਵਾਲੇ ਦਿਨ ਲਹਿੰਗਾ ਨਹੀਂ ਪਹਿਣਾ, ਮੈਂ ਕਿਹਾ ਲੈ ਇਹਨੂੰ ਵਿਆਹ ਦਾ ਫਿਕਰ ਨਹੀਂ, ਇਹਨੂੰ ਲਹਿੰਗੇ ਦਾ ਫਿਕਰ ਪਿਆ ਫਿਰਦਾ ਏ। ਗੱਜ ਕੇ ਆਖੋ ਸਤਨਾਮ। ਮਗਰ ਉਹਦੇ ਪਿੰਕੀ ਦੇ ਪਿਓ ਦਾ ਫੋਨ ਆ ਗਿਆ, ਕਹਿੰਦਾ ਮੇਜਰ ਸਿਆਂ ਚੰਗਾ ਜੱਬ ਪਾਇਆ 5 ਸਿੰਘਾਂ ਨੇ, ਮੈਂ ਕਿਹਾ ਕੀ ਹੋ ਗਿਆ, ਕਹਿੰਦਾ ਮੇਰਾ ਡਬਲ ਖਰਚਾ ਹੋ ਗਿਆ, ਮੈਂ ਕਿਹਾ ਉਹ ਕਿੱਦਾਂ, ਲਾਵਾਂ ਦੀ ਕਹਿੰਦਾ 51,000 ਦਾ ਸੂਟ ਬਣਿਆ ਤੇ ਉਹ ਲਾਵਾਂ ਤੋਂ ਬਾਅਦ ਮੁੜ ਕੇ ਪਿੰਕੀ ਕਹਿੰਦੀ ਲਹਿੰਗਾ ਪਾਉਣਾ ਹੀ ਪਾਉਣਾ ਹੀ, ਉਹ 60,000 ਦਾ ਬਣਿਆ। ਉਹ ਵਾਸਤਾ ਜੇ ਗੁਰੂ ਦਾ, ਹੱਥ ਜੋੜ ਕੇ ਤੁਹਾਡੇ ਚਰਨਾਂ ਤੇ ਸਿਰ ਰੱਖ ਦਿੰਦਾ, ਇਹੋ ਜਿਹੀਆਂ ਅਨਾਊਂਸਮੈਂਟਾਂ ਕਰਾਉਣੀਆਂ ਬੰਦ ਕਰੋ, ਕੀ ਰੱਖਿਆ ਇਹਨਾਂ ਕੰਮਾਂ ਦੇ ਵਿੱਚ। ਉੱਚੇ ਉੱਠੋ, ਕਿਹਾ ਲਾਲ ਨੇ ਮਾਤ ਪਿਆਰੀ, ਸੋਨੇ ਨਾਲ ਪਿਆਰ ਨਹੀਂ ਹੈ, ਇਹ ਤਾਂ ਦੁਸ਼ਮਣ ਬਣ ਸਕਦਾ ਹੈ, ਸੋਨਾ ਮੇਰਾ ਯਾਰ ਨਹੀਂ ਹੈ, ਇਹ ਤਾਂ ਆਪ ਨਤਾਣਾ ਹੁੰਦਾ, ਲੋਕਾਂ ਦਾ ਹਥਿਆਰ ਨਹੀਂ ਹੈ, ਸੋਨੇ ਦੀਆਂ ਤਾਜਾਂ ਦੀ ਖਾਤਰ ਨਿਰਬਲ ਦੁਨੀਆ ਕੋਈ ਜਾਂਦੀ, ਤੇ ਭੁੱਖਣ ਭਾਣੇ ਲੋਕਾਂ ਹੱਥੋਂ ਹਰ ਬੁਰਕੀ ਹੈ ਖੋਈ ਜਾਂਦੀ। ਇਸ ਸੋਨੇ ਨੇ ਤੇਰੇ ਸੇਵਕ ਇੱਕ ਦਿਨ ਮਾਤਾ ਇੰਜ ਭਰਮਾਉਣੇ, ਮੇਰੇ ਪੁੱਤਰ ਤੇਰੇ ਪੋਤੇ ਗੰਗੂ ਨੀਆਂ ਵਿੱਚ ਚਣਾਉਣੇ। ਕਰਦੇ ਆ ਜੀ ਹੁਣ ਵੀ ਅਨਾਊਂਸਮੈਂਟ ਕਿ ਰਹਿੰਦੇ ਆ ਇੰਨਾ ਕੁਛ ਸੁਣਨ ਤੋਂ ਬਾਅਦ। ਲਓ ਜੀ ਹੁਕਮ ਹੈ ਜੀ, ਕਰ ਦਈਏ ਕਿਸੇ ਭੈਣ ਦੀਆਂ ਸੋਨੇ ਦੇ ਕਾਂਟੇ, ਕਾਂਟੇ ਲੱਭ ਗਏ ਜੀ, ਕੱਢ ਲਿਆ ਜੀ, ਮੈਂ ਕਿਹਾ ਲੱਭਣੇ ਕਿੱਥੋਂ ਆ, ਲੱਭਣ ਵਾਲਾ ਦਿਨ ਜਿੱਦਣ ਇੱਥੇ ਆ ਗਿਆ ਨਾ। ਰਾਜੇ ਰਣਜੀਤ ਸਿੰਘ ਨੇ ਜਿਹੜਾ ਸਿੰਘ ਸੀ ਗੁਰੂ ਦਾ, ਪੰਨੂ ਸਾਹਿਬ ਜੀ ਮਾਇਕ ਉੱਤੇ ਫੇਸਬੁੱਕ ਉੱਤੇ ਬੋਲਣ ਤੇ ਕਿਸੇ ਬੰਦੇ ਨੇ ਫੋਨ ਲਾ ਲਿਆ, ਕਹਿੰਦਾ ਪ੍ਰੋਫੈਸਰ ਤੈਨੂੰ ਰਾਜੇ ਰਣਜੀਤ ਵਿੱਚ ਕੋਈ ਊਣਤਾ ਹੀ ਨਹੀਂ ਦਿਸਦੀ, ਉਹਦੀਆਂ ਖੂਬੀਆਂ ਹੀ ਬੋਲੀ ਜਾਂਦਾ। ਉਹ ਕਹਿੰਦਾ ਪਿਛਲੇ ਸਾਲ ਤੂੰ ਬੋਲਦਾ ਸੀ, ਤੈਨੂੰ ਕੋਈ ਖੂਬੀ ਨਹੀਂ ਲੱਭੀ, ਤੂੰ ਊਣਤਾਈਆਂ ਬੋਲੀ ਜਾਂਦਾ ਸੀ, ਤੂੰ ਊਣਤਾਈਆਂ ਬੋਲੀ ਜਾਂਦਾ ਸੀ, ਤੈਨੂੰ ਊਣਤਾਈਆਂ ਲੱਭੀਆਂ, ਮੈਨੂੰ ਖੂਬੀਆਂ ਲੱਭੀਆਂ, ਮੈਂ ਖੂਬੀਆਂ ਬੋਲੀ ਜਾਂਦਾ, ਚੁੱਪ ਕਰਕੇ ਬਹਿ ਜਾ। ਗੱਜ ਕੇ ਆਖੋ ਸਤਨਾਮ। 1 ਕਿਲੋ ਸੋਨੇ ਦਾ ਕੈਂਠਾ ਕੁੱਤੇ ਦੇ ਗਲ ਵਿੱਚ ਪਾ ਦਿੱਤਾ, 1 ਕਿਲੋ ਵਿੱਚ ਹੀਰੇ ਲੱਗੇ ਹੋਏ, 32 ਦਿਨ ਲਾਹੌਰ ਦੀਆਂ ਗਲੀਆਂ ਵਿੱਚ ਕੁੱਤਾ ਘੁੰਮਦਾ ਰਿਹਾ, ਕਿਸੇ ਨੇ ਕੁੱਤੇ ਵੱਲ ਅੱਖ ਪੱਟ ਕੇ ਨਹੀਂ ਦੇਖਿਆ। ਅੱਜ ਭਗਵੰਤ ਮਾਨ ਜੀ ਤੁਸੀਂ ਇੱਦਾਂ ਕਰ ਸਕਦੇ ਹੋ, 3ਜੇ ਦਿਨ ਅਖਬਾਰ 'ਚ ਖਬਰ ਆ ਜਾਣੀ ਹੈ ਕੈਂਠੇ ਵਾਲਾ ਕੁੱਤਾ ਹੀ ਗਾਇਬ। ਗੱਜ ਕੇ ਆਖੋ ਸਤਨਾਮ। ਹੋ ਸਕਦਾ ਜੀ ਇੱਦਾਂ, ਕਿਉਂਕਿ ਹਾਲਾਤ ਕਿੱਦਾਂ ਦੇ ਬਣ ਗਏ। ਨਾ ਕਰਾਵੋ ਇੱਦਾਂ ਦੀਆਂ ਅਨਾਊਂਸਮੈਂਟਾਂ, ਓਏ ਅਸੀਂ ਅਨਾਊਂਸਮੈਂਟਾਂ ਲਈ ਨਹੀਂ ਆਏ, ਅਸੀਂ ਤੇ ਗੁਰੂ ਦੇ ਬਚਨ ਕਰਨ ਲਈ ਆਏ। ਤੁਹਾਨੂੰ ਇੱਕ ਰਾਜਨੀਤੀ ਦਾ ਪੁਆਇੰਟ ਸੁਣਾਉਣਾ ਸੀ, ਕੁਦਰਤੀ ਵੱਡੇ ਭਾਜੀ ਚੰਨੀ ਸਾਹਿਬ MLA ਸਾਹਿਬ ਵੀ ਆ ਗਏ।
ਮਾਫ ਕਰਨਾ। ਇੰਦਰਾ ਗਾਂਧੀ ਦੇ ਦੋ ਪੁੱਤਰ ਸੀ ਇੰਦਰਾ ਗਾਂਧੀ ਦੇ, ਇੱਕ ਨੂੰ ਉਹਨੇ ਹਵਾਈ ਜਹਾਜ਼ਾਂ ਦਾ ਡਰਾਈਵਰ ਬਣਾਇਆ ਤੇ ਇੱਕ ਨੂੰ ਰਾਜਨੀਤੀ ਸਿਖਾਈ ਨਾ ਜੀ, ਕਹਾਣੀ ਵਿਗੜਦੀ ਕਦੋਂ ਆ। ਜਿਹਨੂੰ ਰਾਜਨੀਤੀ ਸਿਖਾਈ ਸੀ ਉਹ ਹਵਾਈ ਜਹਾਜ਼ ਚਲਾਉਣ ਲੱਗਾ ਤੇ ਮਾਰਿਆ ਗਿਆ। ਜਦੋਂ ਕੰਮ ਉਲਟ ਹੁੰਦੇ ਆ, ਇੱਕ ਵਾਰੀ ਫਿਰ ਗੱਜ ਕੇ ਆਖੋ ਸਰ, ਹਵਾਈ ਜਹਾਜ਼ ਉਡਾਉਂਦਾ ਮਰਿਆ ਸੀ ਨਾ ਜੀ। ਹਜ਼ਾਰਾਂ MLA ਆ ਦਿਲ ਵਿੱਚ ਬੈਠੇ ਆ ਜਿਹਨਾਂ ਨੂੰ ਮੈਂ ਪੜ੍ਹਿਆ ਕੜਿਆ ਵਾਚਿਆ। ਇਹ ਪੰਜਾਬ ਏ, ਇੱਥੇ ਚੰਨੀ ਸਾਹਿਬ ਏਦਾਂ ਦੇ ਵੀ MLA ਹੋਏ ਆ ਪਹਿਲਿਆਂ ਵੇਲਿਆਂ 'ਚ। ਉਦੋਂ ਸੀਮਿੰਟ DC ਸਾਹਿਬ ਵੰਡਦੇ ਹੁੰਦੇ ਸੀ 5 ਬੋਰੇ, ਘਰ ਭਰਤੀ ਜੇ ਕਿਸੇ ਨੂੰ ਲੋੜ ਆ, ਤੇ SDM ਸਾਹਿਬ ਉਹ ਵੰਡਣ ਸੀਮਿੰਟ, ਤੇ ਉਹਨਾਂ ਦਾ PA ਕਹਿੰਦਾ ਜੀ ਜਿਹੜੀ 7 ਨੰਬਰ 'ਤੇ ਮਾਤਾ ਖੜੀ ਹੈ ਨਾ, ਉਹ ਫਲਾਣੇ ਬਾਪੂ MLA ਦੇ ਘਰ ਵਾਲੀ ਆ। ਉਹ ਉੱਠ ਕੇ ਕੁਰਸੀ ਤੋਂ ਜਾ ਕੇ ਕਹਿੰਦਾ ਮਾਤਾ ਜੀ ਜਾਓ ਘਰੇ, ਮੈਂ ਸੀਮਿੰਟ ਘੱਲ ਦਿਆਂਗਾ। ਉਹ ਕਹਿੰਦੀ ਤੁਹਾਡਾ ਬਾਪੂ ਮੈਨੂੰ ਘਰੇ ਵੜਨ ਦੇਊਗਾ? ਜਿੱਦਾਂ ਦੂਜੀਆਂ ਬੀਬੀਆਂ ਲੈਣ 'ਚ ਲੱਗ ਕੇ ਖੜੀਆਂ ਸੀਮਿੰਟ ਲੈਣ ਲਈ, ਵੀਰਾ ਇੱਦਾਂ ਮੈਨੂੰ ਵੀ ਦੇ। ਗੱਜ ਕੇ ਆਖੋ ਸਤਨਾਮ, ਅੱਜ ਕਿੱਥੇ ਖੜੇ ਆ? ਸੁੱਤਿਓ ਜਾਗਣ ਦਾ ਵੇਲਾ ਜੇ। ਮੈਨੂੰ 14 ਮਹੀਨੇ ਹੋ ਗਏ ਜੀ ਵੀਰ ਜੀ ਅਮੈਰੀਕਾ ਕੈਨੇਡਾ ਦੇ ਟੂਰ ਤੋਂ ਆਏ ਨੂੰ। ਮੈਂ 13 ਵਾਰ ਪੂਰਾ ਵਰਲਡ ਘੁੰਮਿਆ, 13 ਵਾਰ। ਇਹ ਸਤਿਗੁਰੂ ਦੀ ਕਿਰਪਾ ਹੈ। ਨਿਊਜ਼ੀਲੈਂਡ ਤੋਂ ਲੈ ਕੇ ਅਲਾਸਕਾ ਤੱਕ, ਨਾਇਗਰਾ ਫਾਲ ਤੱਕ। ਤੇ ਮੈਨੂੰ ਐਤਕੀ ਵੀ ਹੁਕਮ ਸੀ ਵੀ ਆ ਜਾ, ਮੈਂ ਕਿਹਾ ਨਹੀਂ ਨਹੀਂ ਆਉਣਾ। ਕਹਿੰਦੇ ਕੀ ਗੱਲ? ਮੈਂ ਕਿਹਾ ਕੁਝ ਬੱਚਿਆਂ ਨੇ ਮੇਰੇ ਨਾਲ ਵਾਅਦੇ ਕੀਤੇ, 3200 ਲੜਕਾ ਤੇ ਲੜਕੀ ਮੁਟਿਆਰ ਧੀਆਂ ਮੰਨ ਗਈਆਂ ਨੇ। ਮੈਂ ਪ੍ਰਚਾਰ ਕੀਤਾ ਉਹਨਾਂ ਦੇ ਚਰਨਾਂ 'ਚ, ਬੱਚਿਓ ਪੰਜਾਬ ਨੂੰ ਛੱਡ ਕੇ ਨਾ ਜਾਓ। ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਆਇਆ ਤੇ ਜੇ ਮਾਂ ਗੁਜਰੀ ਕਹਿੰਦੀ ਕਿ ਇੱਥੇ ਜ਼ਾਲਮ ਹਾਕਮ ਜਿਹੜੇ ਜ਼ਾਲਮ ਬਣ ਗਏ, ਬੱਚਿਆ ਗੋਬਿੰਦ ਆਪਾਂ ਛੱਡ ਕੇ ਕਿਸੇ ਬੰਨੇ ਭੱਜ ਚਲੀਏ, ਤੇ ਜੇ ਗੁਰੂ ਗੋਬਿੰਦ ਸਿੰਘ ਤੇ ਮਾਂ ਗੁਜਰੀ ਭੱਜ ਜਾਂਦੇ ਤੇ ਅੱਜ ਆਪਾਂ ਇੱਥੇ ਦੀਵਾਨ ਲਾ ਸਕਦੇ ਸੀ? ਸੋਚੋ, 14 ਮਹੀਨਿਆਂ ਵਿੱਚ 3200 ਬੱਚੇ ਬੱਚੀ ਨੇ ਇਹ ਪ੍ਰੋਮਿਸ ਕੀਤਾ ਪੰਜਾਬ ਦੀਆਂ ਪਿੰਡਾਂ ਸ਼ਹਿਰਾਂ ਵਿੱਚ ਕਿ ਅਸੀਂ ਪੰਜਾਬ ਨੂੰ ਛੱਡ ਕੇ ਨਹੀਂ ਜਾਂਦੇ। ਮੈਂ ਕਿਹਾ ਆਪਣਿਆਂ ਜ਼ਿਲ੍ਹਿਆਂ ਦੇ DC ਬਣੋ, ਆਪਣਿਆਂ ਜ਼ਿਲ੍ਹਿਆਂ ਦੇ SSP ਬਣੋ, ਆਪਣਿਆਂ ਜ਼ਿਲ੍ਹਿਆਂ ਦੇ ਵੱਡੇ ਵੱਡੇ ਜੱਜ ਬਣੋ, ਪੜ੍ਹਾਈ ਪੜ੍ਹਾਈ ਕਰੋ, ਤਕਦੀਰਾਂ ਦੇ ਮਾਲਕ ਬਣੋ, ਧਰਨੇ ਆਪਣੇ ਆਪ ਖਤਮ ਹੋ ਜਾਣੇ। ਕਹਿੰਦੇ ਦੂਜੀ ਗੱਲ, ਮੈਂ ਕਿਹਾ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝਾਂ ਜਿਹੜੀਆਂ ਉਹਨਾਂ ਨੂੰ ਕਾਇਮ ਕਰ ਲਓ। ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਲਾਉਂਦੇ ਨਾ ਟਾਈਮ, ਉਹ ਹੀ ਕਦੇ ਜਪਜੀ ਤੇ ਚੌਪਈ ਸਾਹਿਬ ਦਾ ਪਾਠ ਪੜ੍ਹ ਲਓ। ਅਕਾਲ ਪੁਰਖ ਨੇ ਉਦਾਂ ਹੀ ਉਹਨਾਂ ਦੀਆਂ ਜਾਲਮਾਂ ਦੀਆਂ ਗੋਡੜੀਆਂ ਲਵਾ ਦੇਣੀਆਂ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਤੇ ਦੂਜੀ ਗੱਲ, ਨਾ ਸਿੱਖ ਨੂੰ ਖਤਰਾ ਹੈ ਨਾ ਸਿੱਖੀ ਨੂੰ ਖਤਰਾ ਹੈ। ਆ ਜਿਹੜੀ ਰੌਲੀ ਪੈਂਦੀ ਹੈ ਨਾ ਕਿ ਸਿੱਖ ਨੂੰ ਖਤਰਾ, ਨਾ ਸਿੱਖ ਨੂੰ ਕੋਈ ਖਤਰਾ ਹੈ ਤੇ ਨਾ ਕੋਈ ਸਿੱਖੀ ਨੂੰ ਖਤਰਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੋਈ ਬਾਂਹ ਖੜੀ ਕਰਕੇ ਕਵੇ ਮੈਂ ਗੁਰੂ ਦਾ ਸਿੱਖ ਹਾਂ? ਜਦੋਂ ਲਾਹੌਰ ਤੋਂ ਖਬਰਾਂ ਆਈਆਂ ਨਾ, 5 ਸਿੱਖਾਂ ਨੇ ਮਾਂ ਗੰਗਾ ਨੂੰ ਆਣ ਕੇ ਦੱਸਿਆ ਕਿ ਆਹ ਹਾਲ ਕੀਤਾ ਦੁਸ਼ਟਾਂ ਨੇ ਪੰਚਮ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਰੀਰ ਦਾ। ਉਹਦੀਆਂ ਅੱਖਾਂ 'ਚ ਹੰਝੂ ਨਹੀਂ ਸੀ ਆਏ ਮੇਰੇ ਕੋਲ ਭੈਣੋ, ਮਾਂ ਗੰਗਾ ਦੀਆਂ ਅੱਖਾਂ 'ਚ ਹੰਝੂ ਆ ਸਕਦੇ ਸੀ? ਹੰਝੂ ਰੱਬ ਨਾਲ ਉਹਦਾ ਮਿਲਾਪ ਹੋਇਆ ਸੀ। ਛੀਣੀ ਮਾਂ ਆ ਗਈ ਪੁੱਤਰ ਹਰਗੋਬਿੰਦ ਦੇ ਕਮਰੇ ਦੇ ਸਾਹਮਣੇ। ਉਹ ਪੁੱਤਰ ਹੀ ਕੀ ਹੋਇਆ ਜਿਹਨੇ ਮਾਂ ਦੇ ਕਦਮਾਂ ਦੀ ਆਹਟ ਹੀ ਨਾ ਸੁਣੀ? ਬੂਹਾ ਨਹੀਂ ਖੋਲਿਆ, ਉੱਠ ਕੇ ਖੜੇ ਹੋ ਗਏ। ਜਦੋਂ ਮਾਂ ਗੰਗਾ ਨੇ ਬੂਹਾ ਖੋਲਿਆ ਤੇ 6ਵੇਂ ਪਾਤਸ਼ਾਹ ਇਦਾਂ ਹੱਥ ਜੋੜ ਕੇ ਸੀਸ ਝੁਕਾ ਕੇ ਖੜੇ ਆ, ਅੱਖਾਂ ਨਹੀਂ ਖੋਲੀਆਂ, ਸੀਸ ਝੁਕਾ ਕੇ ਕਹਿੰਦੇ ਮਾਂ ਤੇਰੇ ਕਦਮਾਂ ਦੀ ਕਾਲੀ ਨੇ ਮੈਨੂੰ ਦੱਸ ਦਿੱਤਾ ਹੈ ਕਿ ਕੋਈ ਖਤਰਨਾਕ ਭਾਣਾ ਵਾਪਰਿਆ। ਹਾਂ ਬੇਟਾ, ਤੇਰੇ ਬਾਪੂ ਨਾਲ ਰੱਬ ਰੂਪ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਜੀ ਨਾਲ ਦੁਸ਼ਟਾਂ ਨੇ ਆਹ ਕੁਝ ਕੀਤਾ ਹੈ। ਭੈਣੋ ਹੁਣ ਧਿਆਨ ਨਾ ਸੁਣਿਓ, ਜ਼ਰਾ
ਤੇ ਛੇਵੇਂ ਪਾਤਸ਼ਾਹ ਨੇ ਅੱਖਾਂ ਨਹੀਂ ਖੋਲੀਆਂ। ਕਿੱਥੇ ਖਲੋਤੇ ਅੱਜ ਦੇ ਪੁੱਤਰੋ? ਮਾਵਾਂ ਪੁੱਤਰਾਂ ਦੀਆਂ ਲਾਸ਼ਾਂ ਉੱਤੇ ਧਾਹਾਂ ਮਾਰਦੀਆਂ, ਰੌਲੀ ਚਿੱਟੇ ਦੀ ਸਾਰੇ ਪਾਈ ਜਾਂਦੇ ਆ, ਬੰਦ ਕਿਹਨੇ ਕਰਾਉਣਾ ਹੈ? ਇੱਕ ਵਾਰੀ ਫਿਰ ਗੱਜ ਕੇ ਆਖੋ, ਕਿਸੇ ਨੇ ਨਹੀਂ ਕਰਾਉਣਾ, ਇਹ ਤੁਹਾਨੂੰ ਆਪ ਹੀ ਕਰਨਾ ਪੈਣਾ ਹੈ, ਨਾ ਕਿਸੇ ਕੋਲ ਇਹ ਹੋਣਾ ਹੀ ਹੈ। ਉਹਦੀਆਂ ਅੱਖਾਂ ਬੰਦ ਨੇ, ਸੀਸ ਝੁਕਿਆ ਹੋਇਆ ਏ, ਤੇ ਕਹਿੰਦਾ ਮਾਂ ਇੱਕ ਵਾਰੀ ਆਪਣੇ ਬੱਤੀਆਂ ਦੰਦਾਂ ਦੇ ਵਿੱਚੋਂ ਪੁੱਤਰ ਨੂੰ ਹੁਕਮ ਦੇ ਦੇ, ਦਿੱਲੀ ਲਾਹੌਰ ਦੀ ਇੱਟ ਇੱਟ ਕਰਕੇ ਰੱਖ ਦੇਵੇਗਾ ਤੇਰਾ ਪੁੱਤਰ ਪਰਸੋਂ ਤੱਕ, ਇੱਕ ਵਾਰੀ ਹੁਕਮ ਤੇ ਦੇ ਮੈਨੂੰ, ਮੈਂ ਦੋਸਤਾਂ ਨਾਲ ਕੀ ਕਰਨਾ ਏ। ਤੇ ਮਾਂ ਕਮਲੀ ਨਹੀਂ ਸੀ, ਥਾਪੜਾ ਦੇ ਕੇ ਕਹਿੰਦੀ ਪੁੱਤਰਾ ਤੇਰੇ ਅੰਦਰ ਗੁਰੂ ਨਾਨਕ ਦੀ ਜੋਤ ਜਗ ਚੁੱਕੀ ਹੈ, ਮੇਰੇ ਨਾਲ ਤੂੰ ਜ਼ਿਆਦਾ ਜਾਣਦਾ ਹੈ, ਦੁਸ਼ਟਾਂ ਨਾਲ ਕੀ ਵਰਤਾਓ ਕਰਨਾ ਹੈ। ਮਹਾਰਾਜ ਬਾਹਰ ਆ ਗਿਆ ਕਮਰੇ ਤੋਂ, ਬੋਲੇ ਸੋ ਨਿਹਾਲ। ਹੁਣ ਰਾਜਨੀਤੀ ਸੁਣਿਓ, ਰਾਜਨੀਤੀ ਤੇ ਬਾਹਰ ਚੰਦੂ ਦੇ 500 ਬੰਦੇ ਖਲੋਤੇ ਸੀ, ਚੰਨੀ ਸਾਹਿਬ ਗੁਰਮੁਖ ਪਿਰਥੀ ਚੰਦ ਮਹਾਰਾਜ ਦਾ ਤਾਇਆ, ਉਹਦੇ ਬੰਦੇ 200 ਰੁਪਈਆ ਦਿਹਾੜੀ ਦੇ ਕੇ, ਉਹਨਾਂ ਕੋਲ ਬੰਦੂਕਾਂ ਕਿਰਪਾਨਾਂ, ਵੀ ਜਾਓ ਛੇਵਾਂ ਪਾਤਸ਼ਾਹ ਜਵਾਨ ਹੀ, ਉਹਨੂੰ ਚੱਕ ਥਲ ਕੇ ਕਹੋ ਵੀ ਲਾਹੌਰ ਤੇ ਹਮਲਾ ਕਰੀਏ। ਤੇ ਮੋਹਰੇ ਉੱਧਰ ਸੂਬੇਦਾਰ ਨੂੰ ਕਿਹਾ ਸੀ ਤੋਪਾਂ ਬੀੜ ਲਾ, ਛੇਵਾਂ ਗੁਰੂ ਆਊਗਾ, ਸਾਡੇ ਬੰਦਿਆਂ ਨੇ ਭੱਜ ਜਾਣਾ, ਜਿਹੜੇ ਉਹਨੂੰ ਚੱਕ ਕੇ ਲੈ ਆਉਣ ਵਾਲੇ ਆ, ਤੇ ਤੋਪ ਦਾ ਗੋਲਾ ਮਾਰ ਕੇ ਉਹਨੂੰ ਵੀ ਮਾਰ ਦਿਓ। ਇਹ ਹੈ ਰਾਜਨੀਤੀ, ਪਰ ਗੁਰੂ ਨਾਲ ਰਾਜਨੀਤੀ ਖੇਡੀ ਜਾ ਸਕਦੀ ਹੈ? ਧਿਆਨ ਨਾਲ ਸੁਣਿਓ ਹੁਣ ਗੱਲ, ਇਹ ਆਪ ਮਹਾਰਾਜ ਦੀ ਕਿਰਪਾ ਵਰਤ ਰਹੀ ਆ। ਕਹਿੰਦੇ ਛੇਵੇਂ ਪਾਤਸ਼ਾਹ ਬੜਾ ਮਾੜਾ ਕੀਤਾ ਪੰਜਵੇਂ ਗੁਰਾਂ ਨਾਲ, ਆ ਵੇਖ ਬੰਦੂਕਾਂ ਅਸਲਾ ਤੀਰ ਤਲਵਾਰ, ਚਲੋ ਲਾਹੌਰ ਤੇ ਹਮਲਾ ਕਰੀਏ, ਲਾਹੌਰ ਦੀ ਇੱਟ ਇੱਟ ਕਰ ਦਈਏ। ਸਤਿਗੁਰੂ ਕਹਿੰਦੇ ਆ ਜਾਓ ਲਾਹੌਰ ਤੇ ਹਮਲਾ ਕਰਾਂਗੇ, ਪਰ ਉਰਾਂ ਆ ਜਾਓ ਪਹਿਲਾਂ। ਅੱਧੇ ਤੋਂ ਉਦੋਂ ਹੀ ਖਿਸਕਣੇ ਸ਼ੁਰੂ ਹੋ ਗਏ, ਕਹਿੰਦੇ ਇਹ ਤੀ ਯਾਰ ਚੱਕਣਾ ਵਿੱਚ ਹੀ ਨਹੀਂ ਆਇਆ, ਅਸੀਂ ਬੜੀ ਛੇਤੀ ਚੱਕਣਾ ਵਿੱਚ ਆ ਜਾਂਦੇ, ਤਾਂਹੀਓ ਪੰਜਾਬ ਦਾ ਬੇੜਾ ਗਰਕ ਹੋਇਆ ਪਿਆ। ਇਹ ਗੱਜ ਕੇ ਆਖੋ ਪੰਜਾਬ ਦਾ ਨਹੀਂ, ਸਾਡਾ ਪੰਜਾਬ ਤੇ ਜਿਉਂਦਾ ਗੁਰਾਂ ਦੇ ਨਾਂ ਤੇ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਦੁਨੀਆਂ ਦੇ ਵਾਲੀ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਮੈਨੂੰ ਮੰਨਦੇ ਆ ਨਾ ਤੇ ਬਹਿ ਜਾਓ। 500 ਬੰਦਾ ਪਿਰਥੀ ਚੰਦ ਦਾ ਘੱਲਿਆ ਹੋਇਆ, 500 ਬੰਦਾ ਚੰਦੂ ਦਾ ਘੱਲਿਆ ਹੋਇਆ, ਰਾਜਨੀਤੀ ਤੇ ਬਹਿਣਾ ਪੈ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਾਹੌਰ ਤੇ ਹਮਲਾ ਕਰਾਂਗੇ, ਪਰ ਬੈਠਿਆਂ ਵਿੱਚੋਂ ਉਹ ਬੰਦਾ ਉੱਠ ਕੇ ਖੜਾ ਹੋਵੇ ਜਿਹਨੇ ਜ਼ਿੰਦਗੀ ਦੇ ਵਿੱਚ ਕਦੇ ਝੂਠ ਨਾ ਬੋਲਿਆ ਹੋਵੇ। ਧਿਆਨ ਦਿਓ ਹੁਣ ਜ਼ਰਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਨੂੰ ਆਵਾਜ਼ ਦੇਣ ਵੀ ਤੁਹਾਡੇ 'ਚ ਉਹ ਬੰਦਾ ਉੱਠ ਕੇ ਖੜਾ ਹੋਵੇ ਜਿਹਨੇ ਝੂਠ ਨਾ ਬੋਲਿਆ ਹੋਵੇ। ਤੇ ਝੂਠ ਬੋਲਣ ਵਾਲੀ ਇਹ, ਮੈਂ ਵੀ ਤੁਹਾਡੇ ਵਿੱਚ ਹਾਂ ਵੀਰੋ, ਆਪਾਂ ਉੱਠ ਕੇ ਖੜੇ ਹੋ ਜਾਵਾਂਗੇ ਗੁਰੂ ਦੇ ਅੱਗੇ, ਨਹੀਂ ਨਾ ਖੜੋਣਾ। ਪਹਿਲੀ ਸ਼ਰਤ ਕਹਿੰਦੇ ਲਾਹੌਰ ਤੇ ਹਮਲਾ ਕਰਾਂਗੇ, ਉਹ ਬੰਦਾ ਉੱਠ ਕੇ ਖੜਾ ਹੋਵੇ ਜਿਹੜਾ ਨਿਤਨੇਮ ਦੇ ਵਿੱਚ ਪੂਰਾ ਹੋਵੇ। ਫੜ ਲਈਆਂ ਨਾੜਾਂ, ਉਹ ਬੰਦਾ ਉੱਠ ਕੇ ਖੜਾ ਹੋਵੇ ਜਿਹੜਾ ਜਾਤ ਸੱਤ ਵਿੱਚ ਪੂਰਾ ਹੋਵੇ, ਤਿੰਨ ਗੱਲਾਂ ਕੀਤੀਆਂ, ਝੂਠ ਨਾ ਬੋਲਿਆ ਹੋਵੇ ਜ਼ਿੰਦਗੀ ਵਿੱਚ, ਨਿਤਨੇਮ ਦੇ ਵਿੱਚ ਪੂਰਾ ਹੋਵੇ ਤੇ ਜਾਤ ਸੱਤ ਵਿੱਚ ਪੂਰਾ ਹੋਵੇ। ਕੋਈ ਮਾਂ ਦਾ ਲਾਲ ਮੈਦਾਨ 'ਚ ਨਹੀਂ ਆਇਆ। ਪਿਰਥੀ ਚੰਦ ਦੇ ਗੁੰਡੇ ਜਿਹੜੇ ਸੀ ਖਿਸਕਣੇ ਸ਼ੁਰੂ ਹੋ ਗਏ, ਜਾ ਕੇ ਕਹਿੰਦੇ ਪਿਰਥੀ ਚੰਦਾ ਜੇ ਤੂੰ ਉਹਦਾ ਤਾਇਆ ਹੈ ਤੇ ਉਹ ਤੇਰੇ ਤਾਏ ਦਾ ਵੀ ਤਾਇਆ ਹੈ, ਗੱਜ ਕੇ ਆਖੋ ਸਤਨਾਮ, ਉਹਨੂੰ ਨਿੱਕਾ ਬਾਲਕ ਨਾ ਸਮਝੀ। ਤੇ ਇੱਕ ਸਿੱਖ ਨੂੰ ਕਹਿੰਦੇ ਲਾਹੌਰ ਵੱਲ ਵੇਖੋ, ਚਬੂਤਰੇ ਤੇ ਚੜ੍ਹ ਕੇ ਇੱਕ ਸਿੱਖ ਆਉਂਦਾ ਘੋੜੇ ਤੇ, ਕਹਿੰਦੇ ਮਹਾਰਾਜ ਆ ਗਿਆ ਘੋੜਾ ਭਜਾ ਕੇ, ਕੌਣ ਆ? ਕਹਿੰਦੇ ਬਿਧੀ ਚੰਦ ਹੈ। ਆ ਜਾ ਵੀ ਪੁੱਤਰ ਬਾਬਾ ਬਿਧੀ ਚੰਦਾ।
ਮਹਾਰਾਜ ਨੇ ਬਿਧੀ ਚੰਦ ਨੂੰ ਲਾਹੌਰ ਘੱਲਿਆ ਸੀ ਜਾਂ ਤਖ਼ਤ ਦੀ ਮਿਣਤੀ ਕਰਕੇ ਆ ਜਿਹੜੇ ਤਖ਼ਤ ਉੱਤੇ ਬਹਿ ਕੇ ਪਾਤਸ਼ਾਹ ਜਹਾਂਗੀਰ ਨੇ ਜ਼ਾਲਮ ਪਾਤਸ਼ਾਹ ਨੇ ਮੇਰੇ ਬਾਪੂ ਪੰਚਮ ਗੁਰਦੇਵ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ, ਜ਼ਮੀਨ ਤੋਂ ਕਿੰਨਾ ਉੱਚਾ ਤੇ ਅੱਖਾਂ 'ਚ ਹੰਝੂ ਭਰੇ ਬਾਬਾ, ਕਦੇ ਬਾਬਾ ਬਿਧੀ ਚੰਦ ਦੇ ਹੰਝੂ ਨਹੀਂ ਆਏ, ਪਰ ਉਦੋਂ ਆ ਗਏ ਸੀ ਕਿਉਂਕਿ ਲਾਹੌਰ ਦਿਆਂ ਲੋਕਾਂ ਦੀ ਹਾਲਤ ਵੇਖ ਕੇ ਆਇਆ ਸੀ, ਸਿੱਖ ਸੀ ਨਾ ਗੁਰੂ ਦਾ। ਮਹਾਰਾਜ ਜ਼ਮੀਨ ਤੋਂ 6 ਫੁੱਟ ਉੱਚਾ ਏ ਤੇ ਸਤਿਗੁਰੂ ਕਹਿੰਦੇ ਲਾਹੌਰ ਤੇ ਹਮਲਾ ਕਰਨ ਵਾਲਿਓ, ਲਾਹੌਰ ਦੇ ਤਖ਼ਤ ਨਾਲ ਟੱਕਰ ਲੈਣੀ ਹੈ, ਹਮਲਾ ਕਰਾਂਗੇ ਪਰ ਪਹਿਲਾਂ ਉਹਦੇ ਮੁਕਾਬਲੇ ਦੇ ਉੱਤੇ ਤਖ਼ਤ ਬਣਾਉਣਾ ਪੈਣਾ ਹੈ, ਤਖ਼ਤ ਦੇ ਨਾਲ ਤਖ਼ਤ ਲੜ ਸਕਦਾ ਹੈ। ਅੱਜ ਸਾਨੂੰ ਮਾਰ ਕਿਉਂ ਪੈ ਰਹੀ ਹੈ? 4 ਕੁ ਬੰਦੇ ਲੈ ਕੇ ਕੋਈ ਜਥੇਬੰਦੀ ਬਣਾ ਕੇ ਲੜਨ ਤੁਰ ਪੈਂਦਾ ਕਿਉਂਕਿ ਅਸੀਂ ਹਰਗੋਬਿੰਦ ਸਾਹਿਬ ਦੇ ਸਿਧਾਂਤ ਨੂੰ ਸਮਝਿਆ ਹੀ ਨਹੀਂ। ਜੇ ਤਖ਼ਤ ਨੂੰ ਨਾਲ ਲੈ ਕੇ ਚੱਲੀਏ ਤੇ ਤੁਹਾਡੀ ਕਦੇ ਹਾਰ ਨਹੀਂ ਹੋ ਸਕਦੀ। ਗੱਜ ਕੇ ਆਖੋ ਸਤਨਾਮ। ਬਾਬਾ ਬਿਧੀ ਚੰਦ ਕਹਿੰਦਾ ਜ਼ਮੀਨ ਤੋਂ 6 ਫੁੱਟ ਉੱਚਾ ਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਕੋਈ ਵੀ ਨਹੀਂ ਖਲੋਤਾ, ਕਹਿੰਦੇ ਹਾਂ ਭਾਈ 3 ਸ਼ਰਤਾਂ ਰੱਖੀਆਂ ਪੂਰੀਆਂ ਕਰਦੇ ਹੋ, 2 ਬੰਦਿਆਂ ਨੇ ਕੀਤੀਆਂ ਜੀ। ਕਿਹਨੇ ਕੀਤੀਆਂ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਧੰਨ ਧੰਨ ਭਾਈ ਗੁਰਦਾਸ ਜੀ ਨੇ। ਨਾ ਝੂਠ ਬੋਲਿਆ, ਨਾ ਨਿਤਨੇਮ ਦੇ ਵਿੱਚ ਕਦੇ ਤੋਟ ਆਉਣ ਦਿੱਤੀ ਤੇ ਨਾ ਹੀ ਕਦੇ ਜਾਤ ਸਾਤ। ਹੁਣ ਮੇਰੇ ਤੇ ਸਵਾਲ ਕਰੋਗੇ ਕਿ ਬਾਬਾ ਬੁੱਢਾ ਜੀ ਤੇ ਗ੍ਰਿਸ਼ਤੀ ਸੀ, ਮਾਫ ਕਰਨਾ ਇਹ ਲੰਬੀਆਂ ਵਾਰਤਾਵਾਂ ਨੇ। ਮਹਾਰਾਜ ਕਹਿੰਦੇ ਬਾਬਾ ਜੀ ਲਿਆਓ ਚੱਕ ਕੇ ਇੱਟਾਂ, ਭਾਈ ਗੁਰਦਾਸ ਜੀ ਚੂਨਾ ਲੈ ਕੇ ਆਓ। 6 ਫੁੱਟ ਉੱਚੇ ਤਖ਼ਤ ਦੇ ਮੁਕਾਬਲੇ ਉੱਤੇ ਅਕਾਲ ਦਾ ਤਖ਼ਤ 12 ਫੁੱਟ ਉੱਚਾ ਬਣਾਉਣਾ ਹੈ। ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਆ ਗੁਰਦਾਸ ਬਣਾਇਓ। ਕਿ ਗੁਰੂਆਂ ਨੇ ਰਾਜਨੀਤੀ ਵਰਤੀ ਨਹੀਂ? ਕਿ ਗੁਰੂਆਂ ਨੂੰ ਰਾਜਨੀਤੀ ਆਉਂਦੀ ਨਹੀਂ ਸੀ? ਇੰਦਰਾ ਗਾਂਧੀ ਨੇ ਜਿਹੜੇ ਮੁੰਡੇ ਨੂੰ ਰਾਜਨੀਤੀ ਵਿੱਚ ਲਿਆਂਦਾ ਉਹ ਜਹਾਜ਼ ਚਲਾਉਂਦਾ ਮਾਰਿਆ ਗਿਆ, ਤੇ ਜਿਹਨੂੰ ਜਹਾਜ਼ ਚਲਾਉਣਾ ਸਿਖਾਇਆ ਸੀ ਉਹ ਰਾਜਨੀਤੀ ਵਿੱਚ ਆਣ ਕੇ ਮਾਰਿਆ। ਜਦੋਂ ਐਂਟੀ ਕ੍ਰੋਸ ਕੰਮ ਕਰਾਂਗੇ ਨਾ ਉਦੋਂ ਕੰਮ ਖਰਾਬ ਹੋਣੇ ਆ। ਅੱਜ ਸਾਡੀਆਂ ਸਟੇਜਾਂ ਤੇ ਵੀ ਐਂਟੀ ਕ੍ਰੋਸ ਕੰਮ ਹੋ ਰਹੇ ਆ, ਕਿੱਧਰ ਨੂੰ ਤੁਰ ਪਏ ਅਸੀਂ? ਮਾੜੀ ਮੋਟੀ ਕੋਈ ਜੁਰਤ ਰੱਖੋ, ਕੋਈ ਪਰਸਨੈਲਿਟੀ ਰੱਖੋ। ਸੰਗਤ ਰੱਬ ਦਾ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਥੋੜ੍ਹੋ ਘਰੋਂ ਚੱਲ ਕੇ ਆ ਗਏ, ਉੱਥੋਂ ਪ੍ਰਸ਼ਾਦ ਲੈ ਲਿਆ, ਠੀਕ ਆ ਲੰਗਰ ਵਿੱਚ ਬਹਿ ਕੇ ਫੁਲਕਾ ਜੋੜੇ ਜਮ੍ਹਾਂ ਕਰਾਏ ਤੇ ਇੱਥੇ ਆਣ ਕੇ ਬਹਿ ਗਏ, ਬਸ ਠੀਕ ਆ ਜਿੱਦਾਂ ਦੇ ਆਏ ਉੱਦਾਂ ਦੇ ਤੁਰ ਕੇ ਕੁਝ ਕੁਝ ਸਿੱਖੋ। ਬਾਬਾ ਨਾਨਕ ਕਹਿੰਦੇ ਆ ਜਬ ਲੱਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ। ਕਿਤੇ ਤਾਂ ਸੱਚ ਬੋਲੋ, ਕਿਤੇ ਤੇ ਖੜੇ ਹੋਵੋ। ਕਿੱਡਾ ਵੱਡਾ ਟੱਬਰ ਲੈ ਕੇ ਆਇਆ, ਇਹਨਾਂ ਦੇ ਮਗਰ ਵੀ ਟੱਬਰ ਖਲੋਤਾ, ਇਹ ਜ਼ਿੰਮੇਵਾਰੀ ਕਿਹਦੀ ਆ? ਢੱਡ ਵਾਲੇ ਨੇ ਸਾਧ ਸੰਗਤ ਜੀ ਜਾ ਕੇ ਕਿਤੇ ਇਹਨੇ ਕਿਤੇ ਮੱਕੀ ਬੀਜਣੀ ਆ? ਅਸਰੰਗੀ ਵਾਲੇ ਨੇ ਹੋਰ ਨਹੀਂ ਉਹ ਕੁਛ ਵੀ ਕਰਨਾ। ਦਾਤੀ ਵੱਜ ਗਈ, ਦਾਦਾ ਜੀ ਕਹਿੰਦੇ ਪੱਠੇ ਵੱਢਣ, ਕਹਿੰਦੇ ਨਹੀਂ 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 ਬਿਲਕੁਲ ਨਹੀਂ, ਇੱਧਰ ਆ ਜਾ। ਮਾੜੀ ਜੀ ਵੇਖਣ ਦਾਤਰੀ ਲੱਗ ਗਈ, ਸਾਰੀ ਜ਼ਿੰਦਗੀ ਉਂਗਲ ਡਕਾਰੀ ਹੋ ਜੂ, ਸਰੰਗੀ ਨਹੀਂ ਉਹ ਵੱਜਣੀ। ਤਮੰਨਾ ਹੁੰਦੀ ਏ ਬ੍ਰਾਹਮਣ ਮਾਜਰੇ ਜਾਵਾਂਗੇ, ਰੱਬ ਵਰਗੀਆਂ ਸੰਗਤਾਂ ਨੂੰ ਗੁਰੂ ਦੇ ਗੁਣ ਸੁਣਾਵਾਂਗੇ, ਸੰਗਤ ਮਾਣ ਕਰੇ ਤੇ ਸਮਾਂ ਸੁੰਗੜ ਜਾਂਦਾ ਏ। ਗੱਜ ਕੇ ਆਖੋ ਸਤਨਾਮ।